ਕਿ ਹੀਰਾ ਮੰਡੀ ਚ ਗਾਣਾ ਸੁਣਨਾ ਵੱਡੇ ਲੋਕਾਂ ਦਾ ਹੱਕ ਹੈ ਤੇ ਇੱਜ਼ਤ ਹੈ, ਪਰ ਜਦੋਂ ਉਹ ਇੱਜ਼ਤ ਹੀਰਾ ਮੰਡੀ ਦੀ ਅੱਜ ਰੂਟੀਨ ਤੋਂ ਹਟ ਕੇ ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ ਔਰ ਆਪਣੇ ਦੌਰ ਦੀ ਸੁਪਰ ਦੁਪਰ ਇੱਟ ਫਿਲਮ ਹੈ ਔਰ ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ। ਉਸ ਫਿਲਮ ਦਾ ਨਾਮ ਹੈ ਦਿਲਾਂ ਦੇ ਸੌਦੇ। 13 ਜੁਲਾਈ 1969 ਬਰੋਜ ਜਮਾਂ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਪੰਜਾਬੀ ਫਿਲਮ। ਇਸ ਫਿਲਮ ਨੂੰ ਜੂਲੇ ਲਾਲ ਫਿਲਮ ਨੇ ਰਿਲੀਜ਼ ਕੀਤਾ ਸੀ ਔਰ ਆਪਣੇ ਦੌਰ ਦੀ ਬੜੀ ਹੀ ਕਾਮਯਾਬ ਫਿਲਮ ਸੀ ਔਰ ਇਸ ਫਿਲਮ ਦੇ ਅੰਦਰ 8 ਗਾਣੇ ਨੇ ਔਰ 8 ਦੇ 8 ਬੜੇ ਹੀ ਮਸ਼ਹੂਰ ਗਾਣੇ, ਸੁਪਰ ਹਿੱਟ ਗਾਣੇ ਨੇ ਔਰ ਇਹਨਾਂ 'ਚ ਜਿਹੜੇ ਮਸ਼ਹੂਰ ਗਾਣੇ ਨੇ ਭੁੱਲ ਜਾਣ ਇਹ ਸਭ ਗਮ ਦੁਨੀਆ ਦੇ, ਅੱਖਾਂ ਭੁੱਲ ਗਈਆਂ ਰਾਹ, ਵਗਦੇ ਨੇ ਅੱਖੀਆਂ ਚੂ ਰਾਵੀ ਤੇ ਚਨਾਬ ਏ, ਔਰ ਇਸ ਤੋਂ ਇਲਾਵਾ ਜਿਹੜੀ ਇਹਦੇ ਅੰਦਰ ਇੱਕ ਧਮਾਲ ਏ, ਆਪਣੇ ਦੌਰ ਦੀ ਬੜੀ ਹੀ ਸੁਪਰ ਦੁਪਰ ਇੜ ਧਮਾਲ ਸੀ ਔਰ ਗਲੀ ਗਲੀ ਇਹ ਧਮਾਲ ਵੱਜੀ ਏ, ਸ਼ਾਨਦਾਰ ਗਾਣੇ ਸੁਣ, ਅੱਜ ਬੜਾ ਅੱਛਾ ਮਿਊਜ਼ਿਕ ਸੀ, ਨਗਮਾ ਔਰ ਫਰਦੋਸ ਜਿਹੜੀਆਂ ਉਸ ਦੌਰ ਦੀਆਂ ਸੁਪਰ ਦੁਪਰ ਹਿੱਟ ਹਿਰਵਨਾ ਸੁਣ, ਉਹਨਾਂ ਨੇ ਪਹਿਲੀ ਦਫ਼ਾ ਇਕੱਠੇ ਕੰਮ ਕੀਤਾ। ਇਸ ਫਿਲਮ ਦੇ ਅਦਾਕਾਰ ਨਗਮਾ, ਏਜਾਜ਼, ਫਿਰਦੋਸ, ਅਲਿਆਸ ਕਸ਼ਮੀਰੀ, ਜ਼ੀਨਤ, ਜ਼ੁਲਫੀ, ਅਦਾਇਤਕਾਰ ਐਸ ਏ ਬੁਖਾਰੀ। ਇਹ ਫਿਲਮ ਲਿਖੀ ਹੈ ਵੈਦਾ ਬੁਖਾਰੀ ਨੇ, ਇਸ ਦੇ ਫਿਲਮ ਸਾਜ਼ਨ ਅਸਦ ਬੁਖਾਰੀ ਅਤੇ ਇਹਦਾ ਮਿਊਜ਼ਿਕ ਦਿੱਤਾ ਹੈ ਨਜ਼ੀਰ ਅਲੀ ਨੇ। ਇਸ ਫਿਲਮ ਦੇ ਅੰਦਰ ਏਜਾਜ਼ ਨੇ ਸਜਾਦ ਦਾ ਕਰੈਕਟਰ ਅਦਾ ਕੀਤਾ ਹੈ। ਅਲਿਆਸ ਕਸ਼ਮੀਰੀ ਦਾ ਨਾਮ ਅਕਬਰ ਹੁੰਦਾ ਹੈ, ਜਦੋਂ ਫਰੇਮ ਖੁੱਲ੍ਹਦਾ ਹੈ ਅਤੇ ਜਿਹੜਾ ਮਜ਼ਹਰ ਸ਼ਾਹ ਹੁੰਦਾ ਹੈ, ਮਜ਼ਹਰ ਸ਼ਾਹ ਅਦਾਲਤ ਦੇ ਅੰਦਰ ਆਪਣੇ ਕਤਲ ਦਾ ਇਤਰਾਫ ਕਰ ਰਿਹਾ ਹੁੰਦਾ ਹੈ। ਮਜ਼ਹਰ ਸ਼ਾਹ ਜਿਹੜਾ ਹੁੰਦਾ ਹੈ ਉਹ ਇੱਕ ਬਾਈ ਹੁੰਦੀ ਹੈ, ਨੀਲਮ ਬਾਈ, ਉਹ ਉਹਦੇ ਨਾਲ ਪਿਆਰ ਕਰਦਾ ਹੈ ਔਰ ਉਹਦੀ ਇੱਕ ਛੋਟੀ ਬੱਚੀ ਵੀ ਆਉਂਦੀ ਹੈ। ਜਦੋਂ ਉਹਦੀ ਬੱਚੀ ਹੋ ਜਾਂਦੀ ਹੈ ਤਾਂ ਉਹਨੂੰ ਅਹਿਸਾਸ ਹੁੰਦਾ ਹੈ ਕਿ ਉਸਨੇ ਬੜਾ ਹੀ ਗਲਤ ਕੰਮ ਕੀਤਾ ਹੈ। ਉਸਦਾ ਤਾਲੁਕ ਜਿਹੜਾ ਇੱਕ ਸ਼ਰੀਫ ਖਾਨਦਾਨ ਦੇ ਨਾਲ ਆਉਂਦਾ ਹੈ ਔਰ ਉਹਦਾ ਜਿਹੜਾ ਦੋਸਤ ਹੁੰਦਾ ਹੈ ਸ਼ੇਖ ਇਕਬਾਲ, ਉਹ ਆ ਕੇ ਸਾਰੀ ਅਦਾਲਤ ਨੂੰ ਹਕੀਕਤ ਦੱਸਦਾ ਹੈ ਔਰ ਜਿਹੜਾ ਚੌਧਰੀ ਅਫਜ਼ਲ ਹੁੰਦਾ ਹੈ ਮਦਰ ਸ਼ਾਹ, ਉਹ ਕਤਲ ਦਾ ਇਤਰਾਫ ਕਰਦਾ ਹੈ ਔਰ ਕਹਿੰਦਾ ਕਿ ਮੈਂ ਕਤਲ ਇਸ ਵਾਸਤੇ ਕੀਤਾ ਕਿ ਮੈਂ ਆਪਣੀ ਬੱਚੀ ਨੂੰ ਤਹਫ਼ ਦੇ ਸਕਾਂ। ਜਦੋਂ ਉਹ ਆਪਣੀ ਬੱਚੀ ਨੂੰ ਹੀਰਾ ਮੰਡੀ ਤੋਂ ਲੈਣ ਜਾਂਦਾ ਹੈ ਤਾਂ ਨੀਲਮ ਬਾਈ ਨੂੰ 25,000 ਅਦਾ ਕਰਨ ਦੇ ਬਾਵਜੂਦ ਨੀਲਮ ਬਾਈ ਬੱਚੀ ਉਹਦੇ ਹਵਾਲੇ ਨਹੀਂ ਕਰਦੀ, ਉਹਨੂੰ ਗੁੱਸਾ ਆਉਂਦਾ, ਉਹ ਕਤਲ ਕਰ ਦਿੰਦਾ। ਅਦਾਲਤ ਉਸਨੂੰ ਉਮਰ ਕੈਦ ਦੀ ਸਜ਼ਾ ਦਿੰਦੀ ਹੈ ਔਰ ਉਹਨੂੰ ਕਹਿੰਦੀ ਹੈ ਕਿ ਜਿਹੜੀ ਰਕਮ 25,000 ਹੈ ਔਰ ਇਹ ਬੱਚੀ ਤੂੰ ਜਿਸ ਦੇ ਚਾਹੇ ਹਵਾਲੇ ਕਰ ਸਕਦਾ। ਉਹ ਆਪਣੇ ਦੋਸਤ ਜਿਹੜਾ ਉਸਦਾ ਦੋਸਤ ਹੁੰਦਾ ਸ਼ੇਖ ਇਕਬਾਲ, ਜਿਹੜਾ ਕਿ ਹੀਰਾ ਮੰਡੀ ਦਾ ਆਉਂਦਾ ਲੇਕਿਨ ਉਹ ਉਸਦਾ ਦੋਸਤ ਹੁੰਦਾ, ਉਹ ਆਪਣੀ ਬੱਚੀ ਉਹਦੇ ਹਵਾਲੇ ਕਰ ਦਿੰਦਾ ਔਰ ਜਿਹੜਾ ਸ਼ੇਖ ਇਕਬਾਲ ਹੁੰਦਾ ਉਹ ਬੱਚੀ ਵਾਪਸ ਹੀਰਾ ਮੰਡੀ ਪਹੁੰਚਾ ਦਿੰਦਾ ਔਰ ਉਹ ਵੱਡੀ ਹੋ ਕੇ ਫਰਦੋਸ ਬਣਦੀ ਹੈ। ਇਸ ਤਰ੍ਹਾਂ ਜਿਹੜਾ ਅਕਬਰ ਹੁੰਦਾ, ਅਕਬਰ ਦਾ ਕਿਰਦਾਰ ਅਦਾਕਾਰ ਅਲਿਆਸ ਕਸ਼ਮੀਰੀ ਨੇ ਅਦਾ ਕੀਤਾ, ਜਿਹੜਾ ਸਜਾਦ ਹੁੰਦਾ ਏਜਾਜ਼ ਉਹਦਾ ਭਰਾ ਹੁੰਦਾ, ਜਿਹੜਾ ਅਲਿਆਸ ਕਸ਼ਮੀਰੀ ਹੁੰਦਾ ਉਸਦੀ ਇੱਕ ਬੀਵੀ ਹੁੰਦੀ ਹੈ, ਉਹਦੀ ਇੱਕ ਸਾਲੀ ਹੁੰਦੀ ਹੈ। ਸਾਲੀ ਦਾ ਕਿਰਦਾਰ ਅਦਾਕਾਰ ਨਗਮਾ ਨੇ ਅਦਾ ਕੀਤਾ। ਨਗਮਾ ਜਿਹੜੀ ਹੁੰਦੀ ਹੈ ਉਹ ਏਜਾਜ਼ ਨੂੰ ਪਸੰਦ ਕਰਦੀ ਹੈ ਔਰ ਜਿਹੜਾ ਅਲਿਆਸ ਕਸ਼ਮੀਰੀ ਹੁੰਦਾ ਉਹ ਹਰ ਰੋਜ਼ ਪਿੰਡ ਤੋਂ ਸ਼ਹਿਰ ਜਾਂਦਾ
ਔਰ ਜਦੋਂ ਉਹਨਾਂ ਨੂੰ ਪਤਾ ਚੱਲਦਾ ਹੈ ਇੱਕ ਤਵਾਇਫ ਦੇ ਕੋਠੇ 'ਤੇ ਜਾ ਰਿਹਾ, ਸਜਾਦ ਉਸ ਤਵਾਇਫ ਦੇ ਕੋਠੇ 'ਤੇ ਜਾਂਦਾ ਔਰ ਉਹਨੂੰ ਜਿਹੜਾ ਨਾ ਉਹ ਮਜਬੂਰ ਕਰਦਾ ਹੈ ਕਿ ਉਹਦੇ ਭਰਾ ਨੂੰ ਰੋਕੇ। ਲੇਕਿਨ ਉਹ ਤਵਾਇਫ ਕਹਿੰਦੀ ਹੈ ਫਰਦੋਸ ਕਿ ਅਗਰ ਤੂੰ ਮੇਰੇ ਨਾਲ ਵਾਅਦਾ ਕਰੇਂਗੇ ਇਸ ਕੋਠੇ 'ਤੇ ਤੂੰ ਆਏਗਾ ਅਤੇ ਮੈਂ ਤੇਰੇ ਭਰਾ ਦਾ ਦਾਖਲਾ ਬੰਦ ਕਰ ਦੇਗੀ। ਜਿਹੜਾ ਅਸਦ ਬੁਖਾਰੀ ਹੁੰਦਾ ਹੈ ਉਸਨੇ ਫਿਲਮ ਦੇ ਅੰਦਰ ਆਸੂ ਦਾ ਕਿਰਦਾਰ ਅਦਾ ਕੀਤਾ, ਜਿਹੜਾ ਇੱਕ ਬਦਮਾਸ਼ ਹੁੰਦਾ ਹੈ। ਜਿਹੜਾ ਅਫਜ਼ਲ ਹੁੰਦਾ ਮਦਰ ਸ਼ਾਹ ਉਹਨੂੰ ਪੁੱਤਰ ਬਣਾ ਲੈਂਦਾ, ਇਸ ਤਰ੍ਹਾਂ ਕਰਕੇ ਉਹ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ ਔਰ ਇਜਾਜ਼ ਜਿਹੜਾ ਹੁੰਦਾ ਹੈ ਉਹ ਜਾਣਾ ਸ਼ੁਰੂ ਕਰ ਦਿੰਦਾ ਕੋਠੇ 'ਤੇ। ਉਹਨਾਂ ਦੀ ਆਪਸ ਵਿੱਚ ਮੁਹੱਬਤ ਹੋ ਜਾਂਦੀ ਹੈ। ਜਿਹੜੀ ਨਗਮਾ ਹੁੰਦੀ ਉਹ ਇਜਾਜ਼ ਦੇ ਨਾਲ ਮੁਹੱਬਤ ਕਰਦੀ ਹੈ, ਇਜਾਜ਼ ਫਰਦੋਸ ਦੇ ਨਾਲ ਮੁਹੱਬਤ ਕਰਦਾ, ਅਫਜ਼ਲ ਜੇਲ੍ਹ 'ਚ ਹੁੰਦਾ ਔਰ ਜਿਹੜੀ ਜ਼ੀਨਤ ਹੁੰਦੀ ਹੈ ਔਰ ਨਗਮਾ ਹੁੰਦੀ ਹੈ ਉਹ ਚੌਧਰੀ ਅਫਜ਼ਲ ਦੀਆਂ ਬੇਟੀਆਂ ਹੁੰਦੀਆਂ ਨੇ, ਯਾਨੀ ਕਿ ਮਦਰ ਸ਼ਾਹ ਦੀ ਜਿਹੜੀ ਪਹਿਲੀ ਬੀਵੀ ਹੁੰਦੀ ਹੈ ਉਹਨਾਂ ਦੇ ਵਿੱਚੋਂ ਇਹ ਦੋ ਬੱਚੀਆਂ ਆਉਂਦੀਆਂ ਨੇ ਔਰ ਹਾਲਾਤ ਇਸ ਤਰ੍ਹਾਂ ਦੇ ਆ ਜਾਂਦੇ ਨੇ ਕਿ ਜਿਹੜੇ ਇਜਾਜ਼ ਹੁੰਦਾ ਉਹ ਫਰਦੋਸ ਦੇ ਨਾਲ ਮੁਹੱਬਤ ਕਰਦਾ, ਉਹ ਜਿਹੜਾ ਫਰਦੋਸ ਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਲੇਕਿਨ ਮਜਬੂਰੀ ਇਹ ਆ ਜਾਂਦੀ ਹੈ ਕਿ ਉਹਨੂੰ ਆਪਦਾ ਦੇ ਨਾਲ ਸ਼ਾਦੀ ਕਰਨੀ ਪੈ ਜਾਂਦੀ ਹੈ। ਬੜੀ ਜ਼ਬਰਦਸਤ ਕਹਾਣੀ ਹੈ, ਬੜੀ ਅੱਛੀ ਕਹਾਣੀ ਹੈ। ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ। ਇਸ ਫਿਲਮ ਦਾ ਮਿਊਜ਼ਿਕ ਬੜਾ ਅੱਛਾ ਹੈ, ਇਸ ਫਿਲਮ ਦੀ ਕਹਾਣੀ ਬੜੀ ਅੱਛੀ ਹੈ। ਅਸਦ ਬੁਖਾਰੀ ਨੇ ਬਦਮਾਸ਼ ਦੇ ਰੋਲ ਦੀ ਬੜਾ ਅੱਛਾ ਕੰਮ ਕੀਤਾ ਔਰ ਸਭ ਤੋਂ ਜਿਹੜਾ ਬੈਸਟ ਕੰਮ ਕੀਤਾ ਫਰਦੋਸ ਨੇ ਤਵਾਇਫ ਦੇ ਰੂਪ ਵਿੱਚ ਬੜੀ ਅੱਛੀ ਐਕਟਿੰਗ ਦਾ ਮੁਜ਼ਾਹਰਾ ਕੀਤਾ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੈ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।